सुनती चैनल आला मुंडा और पीर सैयद हसन तोतू शाह कबड्डी कबड्डी कोच अली शाह शाह कबड्डी क्लब का कप्तान बनया जाना मुंडा और ने टीम ने उत्तर दाया मैदान विच और मारो ताड़ियां दा शेरा दे वास्ते जेड़ा जेड़ा बंदा प्लेयर ना प्यार करदा कबड्डी ना प्यार करदा मारो ताड़ियां दा कबड्डी प्लेयर वास्ते सब तो अगे लगा हा मुंडा खातर शाह छोटा तीन महीने इस गबरू नू उत्तों पिछे लगा हा मुंडा कलीम जट दा छोटा वीर इंटरनेशनल कबड्डी खिलाड़ी अहमद जट आ गया मैदान दे विच आ गया मुंडा अली रजपूत और आ गया साडा सोहना सरदार भी जनाब दे पास राणा शाहद टोप दा जफी दे जाण वाला मुंडा राणा शाहद इस तरह दा कड़ा आ गया सुफियान पाई पुत्र दे सरदार दे नाल सत्ता मुंडे दिया आ गया जाफर आ गया मुंडा सुलेमान दे सलाम मुंडा दे विच भारी पल्ली दा सुलेमान मुंडे दा सारा फोटो मैं छड़ी यार सेंड कर दे आ असि भी मिट्टी च रोले इधर इधर कड़ाओ फोटो बना दे शुक्रिया ਚੱਲ ਬਈ ਕਬੱਡੀ ਕੋਲ ਵਾਸਤੇ ਆ ਗਿਆ ਮੁੰਡਾ ਬੜਾ ਅੱਛਾ ਦਾ ਪੁੱਤ ਪਹਿਲੀ ਕੋਟੀ ਗੱਭਰੂ ਪਾਵੇ ਸੋਹਣੇ ਰੱਬ ਦਾ ਨਾਮ ਕੇ ਆ ਕੇ ਮੋੜੇ ਖੜੇ ਨੇ ਚਾਲ ਚਾਪੀ ਇੱਕਾ ਤਾਂ ਕੇ ਦੋਨੋਂ ਦਸਾ ਕੇ ਪਹਿਲੇ ਗੋਲ ਵਿੱਚ ਬੜਾ ਨੇ ਖੜਾਕਾ ਖਾਦੀ ਨਾ ਹੋਏ ਔਰ ਕੋਟੀ ਕੋਟੀ ਕਰਦੇ ਫਿਰਦੇ ਔਰ ਪੁੱਤ ਬੰਦਾ ਪਿਆ ਦੇ ਕੀ ਬੜਾ ਜਾਂਦੀ ਬੰਦਾ ਖੜੀ ਖੜੀ ਬੰਦਾ ਛੋਟਾ ਨਹੀਂ ਲੱਗਦਾ ਹੋਇਆ सारा बिच आ जाता बंदा ਕਪਤਾਨ ਮੁੰਡਾ ਸੁਣਿਆ ਆ ਗਿਆ ਮੈਦਾਨ ਦੇ ਵਿੱਚ ਰਾਣਾ ਸਗਲੈਣ ਭੂਰਾ ਖਿਲਾੜੀਆਂ ਹੋਈਆਂ ਬਾਹਾਂ ਪੱਪੀ ਕੱਪੀਆਂ ਨੇ ਮਾਰਿਆ ਟੱਚ ਹੋ ਗਿਆ ਮੁਰੇ ਜਿਹਨੂੰ ਰੱਬ ਸੋਹਣਾ ਦੇਵੇ ਅੱਜ ਸੱਚੇ ਰਾਣਾ ਸਗਲੈਣ ਮਾਰੋ ਤਾਲੀਆਂ ਚੱਲ ਸੋਹਣਿਆ ਤੇਰੇ ਪਾਸੇ ਪਈ ਹੋਈ ਕਬੱਡੀ ਕਬੱਡੀ ਪਾਉਣ ਵਾਸਤੇ ਆ ਗਿਆ ਮੁੰਡਾ ਇਸਲੇ ਮੈਦਾਨ ਦੇ ਵਿੱਚ ਗੁੰਦਵਾ ਜਿਹਾ ਸੁਨੀਲ ਮੁੰਡੇ ਦਾ ਸੋਹਣਾ ਕਰਿਆ ਹੋਇਆ ਸੁਨੀਲ ਮੁੰਡੇ ਦਾ ਡਬਲ ਟੱਚ ਦਾ ਇਸ਼ਾਰਾ ਬੈਫੀਲ ਵਿਸਾ ਦੱਸੋ ਕਿ ਨੰਬਰ ਹੋ ਗਿਆ ਜਾਫੀ ਦਾ ਨੰਬਰ ਹੋ ਗਿਆ ਸੁਨੀਲ ਮਸੰਮਲ ਦਾ ਲੱਖਾਂ ਦੇ ਬਾਣ ਦਾ ਮੁੰਡੇ ਨੇ ਕੀਤਾ ਬਾਤਾਂ ਮਸੰਮਲ ਦਾ ਹੋ ਗਿਆ ਨੰਬਰ ਕੱਲ ਸੋਹਣਾ ਕਬੱਡੀ ਪੋਲ ਵਾਸਤੇ ਆ ਗਿਆ ਫਿਰ ਹਮਦਾ ਫੈਜ ਕੱਪੀ ਕੱਲੀ ਦਾ ਲਗਾ ਹੋਇਆ ਮੁੰਡਾ ਸੀ ਹੈਦਰ ਕਿੰਗ ਛੋਟਾ ਕਿੰਗ ਕੇ ਜਿਸ ਕਬੱਡੂ ਆ ਗਿਆ ਰਾਣਾ ਸ਼ਾਹਦ ਮਸੂਮਾ 109 ਤੱਕ ਦਾ ਸੋਰ ਆ ਗਿਆ ਮੋਰੇ ਔਰ ਟੋਨ ਕਰਾ ਇਸ ਨੇ ਰੱਬ ਠਾ ਦੇ ਉਸ ਬੋਲ ਭਾਈ ਨਾਸਰ ਪੈਸੇ ਲੈ ਇੱਧਰ ਆਇਆ ਹੁਣ ਔਰ ਭਾਈ ਇਸ ਗੱਲ ਤੋਂ ਬਾਅਦ ਇੱਧਰ ਮੇਰੇ ਕੋ ਆਇਆ ਭਾਈ ਚੰਦਾਲੀ ਕੋਡੀ ਹੋਊਗੀ ਆਬਦ ਤਾਂ ਮੈਰੋ ਇਸੇ ਪਿੰਡ ਦੇ ਬਾਈ ਉਹਨਾਂ ਪਲੇਅਰਾਂ ਦੀ ਚੰਦਾਲੀ ਕੋਡੀ ਹੋਊਗੀ ਇਸ ਮੈਚ ਤੋਂ ਬਾਅਦ ਚੱਲ ਸੁਣਿਆ ਕਬੱਡੀ ਪਾਉਣ ਵਾਸਤੇ ਸ਼ਾਟ ਵਜਿਆ ਸੀ ਮੁੰਡੇ ਦਾ ਉਹ ਲੱਗ ਗਿਆ ਮੇਰੀ ਗੁੱਜੇ ਦੇ ਮੇਰੀ ਗੁੱਜੇ ਦੇ ਹਾਈ ਸਕੇ ਅੰਦਰ ਹੋ ਗਿਆ ਜੀ ਮੁੰਡੇ ਦਾ ਮੁੰਡੇ ਦਾ ਚੱਲ ਸੁਣਿਆ ਕਬੱਡੀ ਪਾਉਣ ਵਾਸਤੇ ਆ ਗਿਆ ਫਿਰ ਨਾਲੇ ਪਰਿਵਾਰ ਦਾ ਪੁੱਤ ਉਹਨਾਂ ਦੇ ਵਿੱਚ ਪੱਤ ਲਾ ਕੇ ਦਾਪੀ ਅੰਦਰ ਸੱਜਣ ਕੀਤਾ ਯਾਦ ਪਹਿਲਾ ਬੁੰਦਾ ਹੈ ਮੈਦਾਨ ਦੇ ਵਿੱਚ ਕਪਾਹ ਦੇ ਫੁੱਲ ਮੁੱਟਿਆ ਹੋਇਆ ਸੁਨੀਲ ਮੁੰਡੇ ਦਾ ਰਾਣਾ ਸਗਲੈਣ ਭੂਰਾ ਮੌਲਵੀ ਨਾਸਰ ਬਰਾਜ ਪੂਰਾ ਮਾਨ ਕਰਦਾ ਇਸ ਗੱਲੂ ਤੇ ਉਹ ਲੱਗ ਗਿਆ ਫਿਰ ਅੱਗੇ ਖਾਦਰ ਸ਼ਾਹ ਮੋਟਰਸਾਈਕਲ ਵਾਲਾ ਜੱਟੂ ਮੁੰਡਾ ਪਾਕਿਸਤਾਨ ਆਰਮੀ ਵਾਲਾ ਇਹ ਮੰਗਲ ਹੋਇਆ
ਕਬੱਡੀ ਪਾਉਣ ਵਾਸਤੇ ਆ ਗਿਆ ਮੁੰਡਾ ਨਮਾਨ ਨਮਾਨ ਦਾ ਬੁਲਿਆ ਧਾਵਾ ਇੱਕ ਨੀ ਤੇ ਕਹਿੰਦੇ ਹਾਦਰ ਸ਼ਾਹ ਖੜਾ ਇੱਕ ਨੀ ਤੇ ਕਹਿੰਦੇ ਅਹਿਮਦ ਜੱਟ ਔਰ ਲੱਗ ਗਿਆ ਅਹਿਮਦ ਜੱਟ ਅੱਜ ਸਦਕੇ ਜਿਹਨੂੰ ਰੱਬ ਸੋਣਾ ਦੇਵੇ ਬਾਹਰ ਸਰਕਾਰ ਨੇ ਕਰਦਾ ਹੋਇਆ ਤਾਈਆਂ ਮੁੰਡਾ ਅਹਿਮਦ ਜੱਟ ਉਹ ਪੁੱਤ ਜੱਟ ਦਾ ਧੂਰਾ ਜਾਂਦਾ ਪੱਟ ਦਾ ਉਹ ਪਿੱਛਾ ਨਹੀਂ ਉਹ ਹੱਟਦਾ ਇਹ ਅਹਿਮਦ ਜੱਟ ਕਲੀ ਮੁੰਡਾ ਜੱਟ ਦਾ ਛੋਟਾ ਵੀਰ ਸਾਹਿਬ ਮੋਹਿਸ ਤੋਲਾ ਆ ਗਿਆ ਮੁੰਡਾ ਮੋਹਿਸ ਤੋਲਾ ਮੋਹਿਸ ਦਾ ਬੋਲੇ ਹੱਥਾਂ ਵਾਂ ਮੈਦਾਨ ਦੇ ਵਿੱਚ ਖਿਡਾਰੀਆਂ ਹੋਈਆਂ ਬਾਹਾਂ ਇੱਕ ਅੰਨੀ ਤੇ ਕਹਿੰਦੇ ਮਹਿਰੀ ਗੁੱਜਰ ਖੜਾ ਵਿਚਾਰੇ ਕਹਿੰਦੇ ਮੁਸੰਮਲ ਖੜਾ ਇੱਕ ਅੰਨੀ ਤੇ ਰਾਣਾ ਸਾਸ਼ਰ ਖੜਾ ਕਿਹੜਾ ਡੱਕ ਪਊਗਾ ਕਿਹੜਾ ਅੱਗੇ ਹੁੰਦਾ ਕਿਹੜਾ ਸ਼ੇਰ ਨੂੰ ਸਵਾ ਸ਼ੇਰ ਹੋ ਕੇ ਡੱਕਦਾ ਇਸ ਵੇਲੇ ਬਹੁਤ ਜ਼ੋਰ ਤੋਲਿਆ ਬੋਲੇ ਹੱਥਾਂ ਵਾਂ ਮੈਦਾਨ ਦੇ ਵਿੱਚ ਰਾਣਾ ਰਾਸ਼ਦ ਲੱਗ ਗਿਆ ਬਹੁਤ ਜ਼ੋਰ ਤੋਲੇ ਦਾ ਔਰ ਸਾਡੇ ਜਨਾਬ ਸਨਮਾਨ ਸਾਡੇ ਚੇਚੇ ਪ੍ਰਾਹੁਣੇ ਹਾਜੀ ਮੁਮਤਾਜ਼ ਸਾਹਿਬ ਉਹਨਾਂ ਦੀ ਤਰਫੋਂ ਮੇਰੇ ਵਾਸਤੇ 500 ਰੁਪਇਆ ਕਮੰਡਰੀ ਬੋਝ ਹੌਸਲਾ ਔਰ ਰਾਣਾ ਰਾਸ਼ਦ ਸਾਹਿਬ ਉਹਨਾਂ ਦੀ ਤਰਫੋਂ 500 ਰੁਪਇਆ ਕਮੰਡਰੀ ਬੋਝ ਹੌਸਲਾ ਸਹੀ ਆਪ ਦੀ ਮਹੱਤਤਾ ਦਾ ਸ਼ੁਕਰੀਆ ਤੁਸੀਂ ਆ ਕੇ ਸਾਡਾ ਮੰਨਦਾ ਆ ਕਬੱਡੀ ਪਾਉਣ ਵਾਸਤੇ ਫਿਰ ਰਾਣਾ ਦਾ ਪੁੱਤ ਰਾਣਾ ਸਕਲੈਣ ਦੇ ਹਾਦਰ ਸ਼ਾਹ ਦੇ ਰਾਣਾ ਸਕਲੈਣ ਉਹ ਦੋਵੇਂ ਹੋ ਗਿਆ ਸ਼੍ਰੀ ਰਾਣਾ ਸਕਲੈਣ ਦਾ ਔਰ ਸਾਡੇ ਜਨਾਬ ਦੀ ਤਰਫੋਂ ਸਲਾਮ ਦੇ ਨਿਸ਼ਾਨ
ਸਾਡੇ ਮਹਿਮਾਨ ਸੁਸੀ ਸਾਡੇ ਦਰਸ਼ਨ ਦੀਪਕਾ ਸ਼ਰਮਾ ਦੇ ਪਰੋਣੇ ਕੇਲਾ ਦੀ ਥਾਪ ਸਾਡੇ ਗਰਾਉਂਡ ਦਾ ਹਾਰ ਤੇ ਸ਼ਿੰਗਾਰ ਪਾਉਂਦੇ ਹੋਏ ਜਨਾਬ ਕਮਰ ਖਾਨ ਸ਼ਾਹ ਅਰਫਾਨ ਰਾਣਾ ਯਕੀਰ ਪੰਦਰ ਗੁੱਟਰ ਸਾਹ ਜਾਕੋ ਆਪ ਦੀ ਮਹਿਤਾ ਦਾ ਸ਼ੁਕਰੀਆ ਔਰ ਆ ਗਿਆ ਮੁੰਡਾ ਫਿਰ ਕਬੱਡੀ ਪਾਉਣ ਵਾਸਤੇ ਹਮਜ਼ਾ ਬੜਾਜ ਹਮਜ਼ਾ ਬੜਾਜ ਦਾ ਬੋਲੇ ਹੱਥ ਆਵਾ ਮੈਦਾਨ ਦੇ ਵਿੱਚ ਇੱਕ ਅੱਧੀ ਤੇ ਰਾਣਾ ਸ਼ਾਹਦ ਇੱਕ ਅੱਧੀ ਤੇ ਹੈਦਰ ਸ਼ਾਹ ਵਿਚਾਲੇ ਪਾਲਾ ਵਿਚਾਲੇ ਸਿਆਫਿਆਨ ਪਿੰਡੂ ਇੱਕ ਨੰਬਰ ਜਿਹਨੂੰ ਰੱਬ ਸੋਨਾ ਦੇਵੇ ਰਾਣਾ ਸ਼ਾਹਦ ਹਮਜ਼ਾ ਬੜਾਜ ਔਰ ਬਾਈ ਜੀ ਅਮੀਨ ਡੋਗਰ ਮੀਨਾ ਡੋਗਰ ਹਮਜ਼ਾ ਬੜਾਜ ਬਾਈ ਆਪਣਾ ਨਾਮ ਸੁਣ ਕਰਦਾ ਹਮਜ਼ਾ ਬੜਾਜ ਅਦਨਾਨ ਮੀਨਾ ਡੋਗਰ ਯਾਰ ਤੁਸੀਂ ਪਿੱਛੇ ਦਾ ਹੋ ਚਾਚੂ ਪਰਲੇ ਬੰਨੇ ਚੱਲ ਜਾ ਟਾਈਮ ਪਰਲੇ ਬੰਨੇ ਹੋ ਗਿਆ ਚਾਚਾ ਉਸ ਕਲੈਨ ਹੈਨੂੰ ਦਾ ਪਰਾਂ ਕਰ ਸਾਹਮਣੇ ਪਿੱਛੇ ਪਿੱਛੇ ਫਿਰ ਹਾਂ
ਓਏ ਓਏ ਆ ਗਿਆ ਬਰੇ ਵਾਮੋ ਜੀ ਆ ਸਾਲਾ
ਉਹ ਮ ਕਿਦਰਾਂ ਨਾ ਹੁੰਦਾ ਵਾ ਸਨਾਨ ਆ ਗਿਆ ਮੁੰਡਾ ਮਲਕ ਸਨਾਨ ਮਸਨਾਨ ਦਾ ਬੋਲੇ ਹੱਤਾ ਵਾ ਮਦਾਨ ਦੇ ਵਿੱਚ ਖਿਡਾਰੀਆਂ ਹੋਈਆਂ ਬਾਹਰ ਜਦੋਂ ਰੱਬ ਸਵਾ ਦੇਵੇ ਕਿਹੜਾ ਡੱਕ ਪਾਊਗਾ ਇਸ ਗੱਭਰੂ ਨੂੰ ਉਹ ਲੱਗ ਗਿਆ ਮਜ਼ਮਨ ਨੰਬਰ ਹੋਗਾ।